ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਇੱਕ ਪਿਛਲੀ ਦਿਨੀ ਜੋ ਵੀਡੀਓ ਵਾਇਰਲ ਹੋਈ ਸੀ, ਜਿਹਦੇ ਵਿੱਚ ਪਿੰਡ ਦੇਵਪੁਰ ਮਹੱਲਾ ਜਿਹੜਾ ਹੈਗਾ ਆ ਉੱਥੇ ਹਾਜੀਪੁਰ ਦੇ ਨਾਲ ਹਲੇੜ। ਸੋ ਸੰਗਤ ਜੀ, ਪਿਛਲੀ ਦਿਨੀ ਜਿਹੜੀ ਗੁਰਦੁਆਰੇ ਸਾਹਿਬ ਵਿੱਚ ਬੀਬੀਆਂ ਵੱਲੋਂ ਭੰਗੜਾ ਪਾਇਆ ਗਿਆ ਅਤੇ ਨੱਚਿਆ ਗਿਆ, ਜਿਹੜਾ ਡੈਕ ਲਾ ਕੇ ਉੱਚੀ ਅਤੇ ਬੋਲੀਆਂ ਪਾਈਆਂ ਗਈਆਂ ਗੁਰਦੁਆਰਾ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ, ਉਹ ਅੱਜ ਪਿੰਡ ਦੀ ਜਿਹੜੀ ਸਾਰੀ ਇੱਥੇ ਜਿਹੜੀ ਇਹਨਾਂ ਨੇ ਕੀਤਾ ਸੀ, ਬੇਅਦਬੀ ਕੀਤੀ, ਸਾਰੇ ਜਿਹੜੀ ਸੰਗਤ ਇਕੱਠੀ ਹੋਈ ਸੀ ਅੱਜ, ਅਤੇ ਪਿੰਡ ਦੇ ਜਿਹੜੇ ਮੋਹਤਬਾਰ ਜਿਹੜੇ ਪੈ ਗਏ ਵਿੱਚ, ਹੋਰ ਵੀ ਜਿਹੜੇ ਬਹੁਤ ਜਿਹੜੇ ਇੱਥੇ ਆਪਣੇ ਆਪ ਨੂੰ ਪੰਥਕ ਜਿਹੜੇ ਹੈਗੇ ਆ ਸਿੰਘ, ਚੜ੍ਹਦੀ ਕਲਾ ਵਾਲੇ ਸਿੰਘ, ਬਾਕੀ ਉਹਨਾਂ ਨੇ ਜਿਹੜਾ ਵਿੱਚ ਪੈ ਕੇ ਜਿਹੜਾ ਉਹ ਅੱਜ ਉਹਨਾਂ ਵਿੱਚ ਉਹਨਾਂ ਨੇ ਮਾਫ਼ੀ ਮੰਗ ਲਈ ਗਈ ਆ। ਅਤੇ ਜਿਹੜੇ ਹੋਰ ਵੀ ਗੁਰਸਿੱਖ ਮਿਲੇ ਸੀ, ਉਹਨਾਂ ਨੇ ਵੀ ਸਾਡੇ ਨਾਲ ਗੱਲ ਕੀਤੀ ਵੀ ਚਲੋ ਬਾਬਾ ਜੀ, ਇੱਕ ਵਾਰੀ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ, ਮਾਫ਼ ਕਰ ਦੇਣਾ ਚਾਹੀਦਾ, ਸੰਗਤ ਨੂੰ ਨਹੀਂ ਪਤਾ ਸੀਗਾ। ਅਤੇ ਇਹਦੇ ਵਿੱਚ ਆਪਾਂ ਦੱਸਦੇ ਹਾਂ ਵੱਡੀ ਜਿਹੜੀ ਗਲਤੀ ਸੰਗਤ ਜੀ, ਸੰਗਤ ਦੀ ਵੀ ਨਹੀਂ, ਸੰਗਤ ਦੀ ਇਹ 'ਚ ਜਿਹੜੀ ਵੱਡੀ ਗਲਤੀ ਆ, ਉਹ ਗ੍ਰੰਥੀ ਸਿੰਘ ਦੀ ਗਲਤੀ ਆ, ਜਿਸ ਗ੍ਰੰਥੀ ਸਿੰਘ ਨੇ ਪਿੰਡ ਵਿੱਚ ਲੋਸਮਟ ਕੀਤੀ ਔਰ ਬੀਬੀਆਂ ਬੁਲਾਈਆਂ ਗਈਆਂ ਵੀ ਆਓ ਜੀ, ਧੀਆਂ ਦਾ ਜਿਹੜਾ ਤਿਉਹਾਰ ਆ ਉਹ ਤੁਸੀਂ ਮਨਾ ਸਕਦੇ ਹੋ। ਸੰਗਤ ਨੇ ਕਿਹਾ ਸੀ ਵੀ ਜੇ ਪਾਟੀ ਸਿੰਘ ਸਾਨੂੰ ਕਹਿ ਦਿੰਦਾ ਵੀ ਇਹ ਚੀਜ਼ ਗੁਰਦੁਆਰੇ ਸਾਹਿਬ ਦੀ ਮਰਿਆਦਾ ਵਿੱਚ ਹੈ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਹੀਂ ਨੱਚਿਆ ਜਾਂਦਾ, ਅਤੇ ਅਸੀਂ ਜਿਹੜਾ ਹੈਗਾ ਆ ਉਹ ਨਹੀਂ ਨੱਚਣਾ ਸੀ, ਤਾਂ ਇਸ ਬਾਰੇ ਸਾਨੂੰ ਪਤਾ ਨਹੀਂ ਸੀਗਾ। ਇਹ ਹੁਣ ਜਿਹੜੀ ਆ ਗਲਤੀ ਜਿਹੜੀ ਹੈ ਜਿਹੜੀ ਸਾਰੀ ਨਿਕਲੀ ਆ, ਉਹ ਗ੍ਰੰਥੀ ਸਿੰਘ ਦੀ ਸੀ। ਗ੍ਰੰਥੀ ਸਿੰਘ ਨੂੰ ਪਤਾ ਵੀ ਹੁੰਦਾ ਹੋਇਆ ਉਹਨੇ ਇਹ ਪਿੰਡ ਦੇ ਬੀਬੀਆਂ ਨੂੰ ਨਹੀਂ ਰੋਕਿਆ ਵੀ ਤੁਹਾਡੀ ਜਿਹੜੀ ਹੈਗੀ ਵੀਡੀਓ ਕਿਤੇ ਵਾਇਰਲ ਹੋਊਗੀ ਜਾਂ ਕੋਈ ਜਥੇਬੰਦੀਆਂ ਆਉਣਗੀਆਂ। ਸਾਰਾ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਤੁਹਾਨੂੰ ਸੰਗਤ ਜੀ ਪਤਾ ਆ, ਅਤੇ ਇਸ ਨੂੰ ਅੱਜ ਜਿਹੜੀ ਕਾਰਵਾਈ ਕੀਤੀ ਗਈ ਇੱਥੇ ਕਿ ਉਹਨਾਂ ਨੇ ਮਾਫ਼ੀ ਮੰਗ ਲਈ ਆ ਪੂਰੇ ਪਿੰਡ ਨੇ ਵੀ ਸਾਡੇ ਕੋਲ ਗਲਤੀ ਹੋ ਗਈ ਆ ਅਤੇ ਸਾਨੂੰ ਜਿਹੜਾ ਮਾਫ਼ ਕੀਤਾ ਜਾਵੇ, ਅਤੇ ਅੱਗੇ ਤੋਂ ਜਿਹੜਾ ਆਪਾਂ ਕਦੀ ਵੀ ਗੁਰਦੁਆਰੇ ਸਾਹਿਬ ਵਿੱਚ ਭੰਗੜਾ ਜਾਂ ਢੋਲ ਜਾਂ ਬਾਜੇ ਨਹੀਂ ਵਜਾਵਾਂਗੇ। ਸੋ ਜਿਹੜੀ ਸਾਡੇ ਨਾਲ ਗੁਰਸਿੱਖ ਪਿਆਰੇ ਆਏ ਸੀ ਸਾਰਿਆਂ ਦਾ, ਇਹ ਫਿਰ ਮੰਨਣੀ ਪਈ ਸਾਨੂੰ ਗੱਲਬਾਤ, ਅਤੇ ਇੱਕ ਵਾਰੀ ਉਹਨਾਂ ਨੂੰ ਮੌਕਾ ਦਿੱਤਾ ਆ, ਜੇ ਅਗਲੀ ਵਾਰੀ ਕੋਈ ਇੱਦਾਂ ਦੀ ਬੇਅਦਬੀ ਦੀ ਘਟਨਾ ਕਰਨਗੇ, ਸੋ ਜਿਹੜਾ ਉਹ ਇਹਨਾਂ ਦੇ ਬੰਦ ਦੀ ਜਿਹੜੀ ਕਾਰਵਾਈ ਕਰਾਵਾਂਗੇ। ਸਾਡੇ ਨਾਲ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੀ ਸਾਧ ਸੰਗਤ ਜੀ, ਉਹ ਆਪ ਜੀ ਨੂੰ ਭਾਈ ਸਾਹਿਬ ਉਹਨਾਂ ਨੇ ਦੱਸਿਆ ਹੀ ਆ ਸਾਰੀ ਗੱਲ। ਸੋ ਠੀਕ ਆ, ਸਾਡੇ ਗ੍ਰੰਥੀ ਸਿੰਘ ਜਿਹੜੇ ਆ ਪ੍ਰਚਾਰਕ, ਉਹ ਸਹੀ ਪ੍ਰਚਾਰਕ ਨਹੀਂ ਕਰਦੇ, ਗੁਰਮਤ ਦੇ ਉੱਤੇ ਨਹੀਂ ਚੱਲਦੇ। ਸੋ ਸੰਗਤ ਜਿਹੜੀ ਹੈ ਇਸ ਕਰਕੇ ਅਗਵਾ ਹੁੰਦੀ ਹੈ, ਇਹ ਸਾਡੇ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਦੇ ਸੇਧ ਨਾਲ, ਗੁਰੂ ਗੁਰਮਤ ਨਾਲ ਸੰਗਤ ਨੂੰ ਪ੍ਰੇਰਣ ਤਾਂ ਸਾਡੇ ਸਮਾਜ ਵਿੱਚ ਸਾਡੀ ਸੰਗਤ ਦੇ ਵਿੱਚ ਸੁਧਾਰ ਹੋ ਸਕਦਾ। ਸੋ ਇਹ ਸਾਡੀਆਂ ਹੀ ਆਪਣੇ ਪ੍ਰਬੰਧਕਾਂ ਦੀਆਂ ਕਹਿ ਲਓ ਜਾਂ ਸਾਡੇ ਜਿਹੜੇ ਹੈਗੇ ਆ ਸ਼੍ਰੋਮਣੀ ਕਮੇਟੀ ਜਾਂ ਪ੍ਰਚਾਰਕ, ਇਹ ਵੀ ਆਪਣੇ ਗਾਏ ਬਗਾਏ ਜਾ ਕੇ ਗੁਰੂ ਘਰਾਂ ਦੇ ਵਿੱਚ ਚੈੱਕ ਨਹੀਂ ਕਰਦੇ ਕਿ ਸਾਡੇ ਗ੍ਰੰਥੀ ਸਾਹਿਬ ਜੋ ਕੀ ਕਰ ਰਹੇ ਨੇ, ਇਹ ਗੁਰਮਤਿ ਦਾ ਪਹਿਰਾ ਦਿੰਦੇ ਕਿ ਜਾਂ ਨਹੀਂ ਦਿੰਦੇ। ਸੋ ਇਹਨਾਂ ਨੂੰ ਮੁੱਖ ਰੱਖਦੇ ਹੋਏ ਜੋ ਘਟਨਾਵਾਂ ਹੁੰਦੀਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਆ, ਸੋ ਇਹਨਾਂ ਦਾ ਸਾਰਾ ਜਿਹੜਾ ਇਹ ਸਾਰਾ ਫਿਰ ਸਾਡੀ ਕਮੇਟੀ ਪ੍ਰਬੰਧਕਾਂ 'ਤੇ ਆਉਂਦਾ। ਸੋ ਮੈਂ ਨਿਮਰਤਾ ਸਾਹਿਬ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ, ਇਹ ਪ੍ਰਬੰਧਕ ਤਾਂ ਲਾ ਤੇ ਅਸੀਂ ਪ੍ਰਚਾਰਕ ਸ਼੍ਰੋਮਣੀ ਕਮੇਟੀ ਨੂੰ ਕਿ ਪ੍ਰਬੰਧਕ ਵੀ ਲਾ ਤੇ ਅਸੀਂ ਪ੍ਰਚਾਰਕ ਵੀ ਲਾ। ਭਾਈ ਗੁਰਬਖਸ਼ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਅੱਜ ਜਿਹੜਾ ਗੱਲ ਕੀਤੀ ਗਈ ਵੀ ਜਿਹੜੀ ਗ੍ਰੰਥੀ ਸਿੰਘ ਦੀ ਜਿਹੜੀ ਉੱਥੇ ਦੱਸਿਆ ਨਹੀਂ ਸੰਗਤ ਨੂੰ ਵੀ ਜਿਹੜੇ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾਂ ਹਜ਼ੂਰੀ ਵਿੱਚ ਵੀ ਇੱਦਾਂ ਦੇ ਕੰਮ ਨਹੀਂ ਹੁੰਦੇ, ਇਹ ਸਾਡੇ ਗ੍ਰੰਥੀਆਂ ਦੀ ਬਹੁਤ ਹੈਗੀ ਵੀ ਘਾਟ ਵੀ ਬਹੁਤ ਆ, ਪਰ ਦੱਸਣਾ ਚਾਹੀਦਾ ਸੰਗਤ ਨੂੰ। ਸੋ ਸੰਗਤ ਜੀ, ਜਿਹੜਾ ਅੱਜ ਇਹ ਫੈਸਲਾ ਹੋ ਗਿਆ ਆ ਵਿੱਚ ਸਾਰੇ ਗੁਰਸਿੱਖ ਪੈ ਕੇ ਉਹਨਾਂ ਨੇ ਜਿਹੜੀ ਗੱਲ ਮੁਕਾਈ ਆ, ਇੱਕ ਵਾਰੀ ਜਿਹੜਾ ਸੰਗਤ ਨੂੰ ਮਾਫ਼ ਕੀਤਾ ਗਿਆ ਆ, ਦੁਬਾਰਾ ਜਿਹੜੀ ਅਜੇ ਕਰੂਗੀ ਤਾਂ ਆਪਾਂ ਲਿਖਾ ਲਿਆ ਗਿਆ ਆ ਵੀ ਉਹ ਜਿਹੜੀ ਫਿਰ ਉਹਦੇ ਕਾਰਵਾਈ ਹੋ।
ਦੱਸਾਂਗਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਤੁਹਾਡੀ ਜਿਹੜੀ ਹੈਗੀ ਆ ਵੀਡੀਓ ਕਿਤੇ ਵਾਇਰਲ ਹੋਊਗੀ ਜਾਂ ਕੋਈ ਜਥੇਬੰਦੀਆਂ ਆਉਣਗੀਆਂ? ਸਾਰਾ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਤੁਹਾਨੂੰ ਸੰਗਤ ਜੀ ਪਤਾ ਆ, ਅਤੇ ਇਸ ਨੂੰ ਅੱਜ ਜਿਹੜੀ ਕਾਰਵਾਈ ਕੀਤੀ ਗਈ ਇੱਥੇ ਕਿ ਉਹਨਾਂ ਨੇ ਮਾਫ਼ੀ ਮੰਗ ਲਈ ਆ ਪੂਰੇ ਪਿੰਡ ਨੇ ਵੀ ਸਾਡੇ ਕੋਲ ਗਲਤੀ ਹੋ ਗਈ ਆ ਅਤੇ ਸਾਨੂੰ ਜਿਹੜਾ ਮਾਫ਼ ਕੀਤਾ ਜਾਵੇ ਅਤੇ ਅੱਗੇ ਤੋਂ ਜਿਹੜਾ ਆਪਾਂ ਕਦੀ ਵੀ ਗੁਰਦੁਆਰੇ ਸਾਹਿਬ ਵਿੱਚ ਭੰਗੜਾ ਜਾਂ ਢੋਲ ਜਾਂ ਬਾਜੇ ਨਹੀਂ ਵਜਾਵਾਂਗੇ। ਸੋ ਜਿਹੜੀ ਸਾਡੇ ਨਾਲ ਗੁਰਸਿੱਖ ਪਿਆਰੇ ਆਏ ਸੀ ਸਾਰਿਆਂ ਦਾ ਇਹ ਫਿਰ ਮੰਨਣੀ ਪਈ ਸਾਨੂੰ ਗੱਲਬਾਤ, ਅਤੇ ਇੱਕ ਵਾਰੀ ਉਹਨਾਂ ਨੂੰ ਮੌਕਾ ਦਿੱਤਾ ਆ ਜੇ ਅਗਲੀ ਵਾਰੀ ਕੋਈ ਇੱਦਾਂ ਦੀ ਬੇਅਦਬੀ ਦੀ ਘਟਨਾ ਕਰਨਗੇ ਸੋ ਜਿਹੜਾ ਉਹ ਇਹਨਾਂ ਦੇ ਬੰਦ ਜਿਹੜੀ ਕਾਰਵਾਈ ਕਰਾਵਾਂਗੇ। ਸਾਡੇ ਨਾਲ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੀ ਸਾਧ ਸੰਗਤ ਜੀ, ਉਹ ਆਪ ਜੀ ਨੂੰ ਭਾਈ ਸਾਹਿਬ ਉਹਨਾਂ ਨੇ ਦੱਸਿਆ ਹੀ ਆ ਸਾਰੀ ਗੱਲ। ਸੋ ਠੀਕ ਆ, ਸਾਡੇ ਗ੍ਰੰਥੀ ਸਿੰਘ ਜਿਹੜੇ ਆ ਪ੍ਰਚਾਰਕ ਉਹ ਸਹੀ ਪ੍ਰਚਾਰਕ ਨਹੀਂ ਕਰਦੇ, ਗੁਰਮਤਿ ਦੇ ਉੱਤੇ ਨਹੀਂ ਚੱਲਦੇ। ਸੋ ਸੰਗਤ ਜਿਹੜੀ ਹੈ ਇਸ ਕਰਕੇ ਅਗਵਾ ਹੁੰਦੀ ਹੈ ਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਦੇ ਸੇਧ ਨਾਲ ਗੁਰੂ ਗੁਰਮਤਿ ਨਾਲ ਸੰਗਤ ਨੂੰ ਪ੍ਰੇਰਣ ਤਾਂ ਸਾਡੇ ਸਮਾਜ ਵਿੱਚ ਸਾਡੀ ਸੰਗਤ ਦੇ ਵਿੱਚ ਸੁਧਾਰ ਹੋ ਸਕਦਾ। ਸੋ ਇਹ ਸਾਡੀਆਂ ਹੀ ਆਪਣੇ ਪ੍ਰਬੰਧਕਾਂ ਦੀਆਂ ਕਹਿ ਲਓ ਜਾਂ ਸਾਡੇ ਜਿਹੜੇ ਹੈਗੇ ਆ ਸ਼੍ਰੋਮਣੀ ਕਮੇਟੀ ਜਾਂ ਪ੍ਰਚਾਰਕ ਇਹ ਵੀ ਆਪਣੇ ਗਾਏ ਬਗਾਏ ਜਾ ਕੇ ਗੁਰੂ ਘਰਾਂ ਦੇ ਵਿੱਚ ਚੈੱਕ ਨਹੀਂ ਕਰਦੇ ਕਿ ਸਾਡੇ ਗ੍ਰੰਥੀ ਸਾਹਿਬ ਜੋ ਕੀ ਕਰ ਰਹੇ ਨੇ ਇਹ ਗੁਰਮਤਿ ਦਾ ਪਹਿਰਾ ਦਿੰਦੇ ਕਿ ਜਾਂ ਨਹੀਂ ਦਿੰਦੇ। ਸੋ ਇਹਨਾਂ ਨੂੰ ਮੁੱਖ ਰੱਖਦੇ ਹੋਏ ਜੋ ਘਟਨਾਵਾਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਆ, ਸੋ ਇਹਨਾਂ ਦਾ ਸਾਰਾ ਜਿਹੜਾ ਇਹ ਸਾਰਾ ਫਿਰ ਸਾਡੀ ਕਮੇਟੀ ਪ੍ਰਬੰਧਕਾਂ 'ਤੇ ਆਉਂਦਾ। ਸੋ ਮੈਂ ਨਿਮਰਤਾ ਸਾਹਿਬ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਹ ਪ੍ਰਬੰਧਕ ਤਾਂ ਲਾ ਤੇ ਅਸੀਂ ਪ੍ਰਚਾਰਕ ਸ਼੍ਰੋਮਣੀ ਕਮੇਟੀ ਨੂੰ ਕਿ ਪ੍ਰਬੰਧਕ ਵੀ ਲਾ ਤੇ ਅਸੀਂ ਪ੍ਰਚਾਰਕ ਵੀ ਲਾ। ਭਾਈ ਗੁਰਬਖਸ਼ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਅੱਜ ਜਿਹੜਾ ਗੱਲ ਕੀਤੀ ਗਈ ਵੀ ਜਿਹੜੀ ਗ੍ਰੰਥੀ ਸਿੰਘ ਦੀ ਜਿਹੜੀ ਉੱਥੇ ਦੱਸਿਆ ਨਹੀਂ ਸੰਗਤ ਨੂੰ ਵੀ ਜਿਹੜੀ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾਂ ਹਜ਼ੂਰੀ ਵਿੱਚ ਵੀ ਇੱਦਾਂ ਦੇ ਕੰਮ ਨਹੀਂ ਹੁੰਦੇ, ਇਹ ਸਾਡੇ ਗ੍ਰੰਥੀਆਂ ਦੀ ਬਹੁਤ ਹੈਗੀ ਵੀ ਘਾਟ ਵੀ ਬਹੁਤ ਆ, ਪਰ ਦੱਸਣਾ ਚਾਹੀਦਾ ਸੰਗਤ ਨੂੰ। ਸੋ ਸੰਗਤ ਜੀ, ਜਿਹੜਾ ਅੱਜ ਇਹ ਫੈਸਲਾ ਹੋ ਗਿਆ ਆ ਵਿੱਚ ਸਾਰੇ ਗੁਰਸਿੱਖ ਪੈ ਕੇ ਉਹਨਾਂ ਨੇ ਜਿਹੜੀ ਗੱਲ ਮੁਕਾਈ ਆ, ਇੱਕ ਵਾਰੀ ਜਿਹੜਾ ਸੰਗਤ ਨੂੰ ਮਾਫ਼ ਕੀਤਾ ਗਿਆ ਆ, ਦੁਬਾਰਾ ਜਿਹੜੀ ਆ ਜੇ ਕਰੂਗੀ ਤਾਂ ਆਪਾਂ ਲਿਖਾ ਲਿਆ ਗਿਆ ਆ ਵੀ ਉਹ ਜਿਹੜੀ ਵੀ ਉਹਨਾਂ 'ਤੇ ਕਾਰਵਾਈ ਹੋ ਸਕੇ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।